نحمده و نصلي على رسوله الكريم اما بعد اعوذ بالله من الشيطان الرجيم بسم الله الرحمن الرحيم سب سے پہلے آج صاحب بڑا بہت بہت شکریہ تساں ساڈے سارے دوستاں بھراواں نوں بلایا ہے خاص کر فضال صاحب نوں تساں کمی محسوس کیتی اور تساں مینوں سپیشل کہیا کہ میری خواہش ہے کہ میں فضال صاحب دی دعوت کراں کیونکہ پہلے وی اتھے تین چار دعوتاں ہو چکیاں نے ਤੇ ਆਪਣੀ ਮਸਰੂਫੀਅਤ ਦੀ ਵਜ੍ਹਾ ਵਾਸਤੇ ਪਾਕਿਸਤਾਨ ਹਾਂਜੀ ਸਨ ਤੇ ਤੁਸੀਂ ਇਹਨਾਂ ਨੂੰ ਮਧੂ ਕੀਤਾ ਸੀ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਚਲੋ ਇਸੇ ਬਹਾਨੇ ਅਸੀਂ ਵੀ ਨਾਲ ਸਾਰੇ ਭਰਾਵਾਂ ਦੇ ਆ ਗਏ ਹਾਂ ਦੂਸਰੇ ਭਰਾ ਵੀ ਆ ਗਏ ਨੇ ਅੱਜ ਸਾਹਿਬ ਅਫਜ਼ਾਲ ਬਾਈ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਅਗਰ ਦੇਖਿਆ ਜਾਏ ਤੇ ਇੱਕ ਇੱਕ ਗੱਲ ਦਾ ਬਹੁਤ ਵਜ਼ਨ ਹੈ ਥੋੜ੍ਹੀ ਦੇਰ ਪਹਿਲੇ ਤੁਸੀਂ ਇੱਕ ਗੱਲ ਕੀਤੀ ਸੀ ਕਿ 200-400-500 ਬੰਦੇ ਦੇ ਵਿੱਚ ਖਲੋ ਕੇ ਜਿਹੜਾ ਬੰਦਾ ਗੱਲ ਕਰ ਛੱਡਦਾ ਜਾਂ ਆਪਣੀ ਗੱਲ ਤੇ ਖੜਾ ਰਹਿੰਦਾ ਉਹਦਾ ਸਾਥ ਅੱਲਾ ਦਿੰਦਾ ਠੀਕ ਹੈ ਅਗਰ ਅੱਜ ਸਾਹਿਬ ਜਦੋਂ ਤੁਸੀਂ ਮੈਦਾਨ ਦੇ ਵਿੱਚ ਨਿਕਲਦੇ ਹੋ ਸ਼ਿਕਾਰੀ ਸ਼ਿਕਾਰ ਕਰਨ ਜਾਂਦਾ ਜਿਹਦਾ ਸ਼ਿਕਾਰ ਹੁੰਦਾ ਉਹ ਆਪਣੇ ਦਫਾ ਚ ਆਉਂਦਾ ਜਿਹੜਾ ਇਨਸਾਨ ਆਪਣੇ ਦਫਾ ਚ ਆ ਜਾਂਦਾ ਨਾ ਉਹ ਆਪਣੇ ਸ਼ਿਕਾਰ ਵਾਲੇ ਨੂੰ ਆਪਣੇ ਤੇ ਹੈ ਨਹੀਂ ਸਮਝਦਾ ਤੁਸੀਂ ਇਸ ਸ਼ਿਕਾਰ ਤੇ ਨਿਕਲੇ ਹੋ ਅੱਲਾ ਦੀ ਜ਼ਾਤ ਤੁਹਾਨੂੰ ਕਾਮਯਾਬ ਕਰੇ ਅੱਲਾ ਦੀ ਜ਼ਾਤ ਤੁਹਾਨੂੰ ਇੱਜ਼ਤ ਬਖਸ਼ੇ ਅਸੀਂ ਜਿੰਨੇ ਵੀ ਭਰਾ ਬੈਠੇ ਹਾਂ ਇਹ ਵਾਕਈ ਕੋਈ ਸ਼ੱਕ ਨਹੀਂ ਕਿ ਪੀਟੀਆਈ ਫਰਾਂਸ ਇੱਕ ਫੈਮਿਲੀ ਹੈ ਫੈਮਿਲੀ ਦੇ ਵਿੱਚ ਇਖਤਲਾਫ ਵੀ ਹੁੰਦਾ ਹੈ ਵਿਲੇ ਸ਼ਿਕਨੇ ਵੀ ਹੁੰਦੇ ਨੇ ਗਰੁੱਪ ਗਰੁੱਪਬੰਦੀ ਵੀ ਹੁੰਦੀ ਹੈ ਉਹਦੇ ਬਾਵਜੂਦ ਵੀ ਅਸੀਂ ਮੈਂ ਤੁਹਾਡੇ ਸਾਹਮਣੇ ਉਹ ਸ਼ਖਸ ਖਲੋਤਾ ਵਾਂ ਕਿ ਇੱਕ ਦਫਾ ਅੱਲਾ ਦੀ ਜ਼ਾਤ ਨੇ ਭਰਾਵਾਂ ਦੀ ਮਿਹਰਬਾਨੀ ਨਾਲ ਦੋਸਤਾਂ ਦੀ ਕਾਬਸ਼ ਨਾਲ ਔਰ ਮੁਹਲਸ ਦੋਸਤਾਂ ਦੀ ਵਜ੍ਹਾ ਵਾਸਤੇ ਮੈਂ ਤੁਹਾਨੂੰ ਲਫ਼ਜ਼ ਥੋੜਾ ਜਿਹਾ ਵਜ਼ਾਹਤ ਕਰ ਛੜਾ ਅੱਜ ਸਾ ਮੁਹਲਸ ਦੋਸਤਾਂ ਦੀ ਵਜ੍ਹਾ ਵਾਸਤੇ ਅੱਲਾ ਦੀ ਜ਼ਾਤ ਨੇ ਪਹਿਲੀ ਦਫਾ ਪੀਟੀ ਫਰਾਂਸ ਦੀ ਵਜ੍ਹਾ ਵਾਸਤੇ ਸਾਰਿਆਂ ਸੀਨੀਅਰ ਕਿਆਦਤ ਦੀ ਵਜ੍ਹਾ ਵਾਸਤੇ ਅੱਲਾ ਦੀ ਜ਼ਾਤ ਨੇ ਇੱਜ਼ਤ ਬਖਸ਼ੀ ਦੂਸਰੀ ਦਫਾ ਅਸੀਂ ਇਲੈਕਸ਼ਨ ਚ ਗਏ ਹਾਂ ਯਾਸਰ ਜਿਹੜੇ ਅੱਛੇ ਹਨ ਦੋਸਤ ਅੱਛੇ ਹਨ इज्जत की जिहड़ी पहली सीढ़ी है वो तुसा आप ही रखनी है अपने किस तरह धड़े नूं मजबूत रखते हो किस तरह अपनी गल ते पूरा उतरदे हो किस तरह तुसी जिहड़ा तुहाडा सियासी इत्तेफाक है ਸਿਆਸੀ ਸ਼ਰੀਕ ਹੈ ਉਹਦੇ ਨਾਲ ਤੁਸੀਂ ਕਿਸ ਤਰ੍ਹਾਂ ਚੱਲਦੇ ਹੋ ਉਹਨੂੰ ਕਿਸ ਤਰ੍ਹਾਂ ਤੁਸੀਂ ਕਵਰ ਕਰਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਨੇ ਠੀਕ ਹੈ ਰਹੀ ਗੱਲ ਅੱਗੂ ਤੁਹਾਡੇ ਸਦਾਰਤ ਦੀ ਇਹ ਪੂਰੀ ਪਾਰਟੀ ਬੈਠੀ ਹੈ ਦੂਸਰੀ ਵੀ ਪੂਰੀ ਪੀਟੀਆਈ ਫਰਾਂਸ ਹੈ ਡਿਬੇਟ ਹੋਏਗੀ ਇਨਸ਼ਾਅੱਲਾ ਇਲੈਕਸ਼ਨ ਤੋਂ ਪਹਿਲਾਂ ਅਸੀਂ ਵੇਖਾਂਗੇ ਕਿਹੜਾ ਬੰਦਾ ਇਸ ਚੀਜ਼ ਦੇ ਕਾਬਲ ਹੈ ਕਿਹੜਾ ਬੰਦਾ ਇਸ ਚੀਜ਼ ਦੇ ਪੂਰਾ ਉੱਤਰ ਰਿਹਾ ਕਿਉਂਕਿ ਪਾਰਟੀ ਨੂੰ ਤਿੰਨ ਚੀਜ਼ਾਂ ਚਾਹੀਦੀਆਂ ਨੇ ਇਸ ਸਾਲ ਪਹਿਲੇ ਨੰਬਰ ਤੇ ਕਿ ਤੁਸੀਂ ਪਾਰਟੀ ਨੂੰ ਟਾਈਮ ਦੇ ਸਕਦੇ ਹੋ ਕਿ ਨਹੀਂ ਦੂਸਰੇ ਨੰਬਰ ਤੇ ਪਾਰਟੀਆਂ ਜਿਹੜੀਆਂ ਖਾਸ ਕਰ ਇੱਥੇ ਪਾਰਟੀਆਂ ਨੇ ਇਹ ਚੱਲਦੀਆਂ ਨੇ ਥੋੜੇ ਸਾਰਾ ਫਾਈਨਾਂਸ ਨਾਲ ਵੀ ਤੀਸਰੇ ਨੰਬਰ ਤੇ ਜਿਹੜੀ ਪਾਰਟੀ ਚੱਲਦੀ ਹੈ ਤੁਹਾਡੇ ਅੱਛਿਆਂ ਦੋਸਤਾਂ ਨਾਲ ਤੁਹਾਡੇ ਅੱਛੇ ਹਾਲਾਤ ਨਾਲ ਤੁਹਾਡੇ ਅੱਛੇ ਕਿਰਦਾਰ ਨਾਲ ਚੱਲਦੀ ਹੈ ਤਾਂ ਅਲਹਮਦੁਲਿਲਾ ਤੁਹਾਡਾ ਕਿਰਦਾਰ ਅੱਛਾ ਹੈ ਜਿਹੜਾ ਇਨਸਾਨ 50 ਸਾਲ ਤੋਂ ਫਰਾਂਸ ਦੇ ਵਿੱਚ ਹੈ ਅਲਹਮਦੁਲਿਲਾ ਅੱਜ ਤੱਕ ਉਹਦੇ ਤੇ ਕੋਈ ਐਲੀਗੇਸ਼ਨ ਨਹੀਂ ਕੋਈ ਜੇਲ੍ਹ ਨਹੀਂ ਕੋਈ ਕੇਸ ਨਹੀਂ ਕੋਈ ਮੁਕੱਦਮਾ ਨਹੀਂ ਇਸ ਤੋਂ ਵੱਡਾ ਸਾਫ ਬੰਦਾ ਹੋਰ ਕੀ ਹੋ ਸਕਦਾ ਹੈ जिस दिन मैदान लगे या जिस दिन मैदान लगना उथे घोड़ा तुसा अपना दड़ाना तुसी अपने घोड़े नूं दाना भी ओहो जिहा खवा लो ਤੁਸੀਂ ਆਪਣੇ ਘੋੜੇ ਨੂੰ ਜਿਹੜਾ ਹੈ ਨਾ ਰਾਸਤਾ ਵੀ ਉਹੋ ਜਿਹਾ ਵਹਾਓ ਜਿਹਦੇ ਚ ਤੁਸੀਂ ਦੌੜ ਕੇ ਅੱਗੇ ਵੀ ਲੰਘਣਾ ਪਹਿਲੇ ਨੰਬਰ ਤੇ ਭਰਾ ਵੀ ਕੀ ਹੁੰਦੀ ਹੈ ਕੰਪਰੋਮਾਈਜ਼ ਹੁੰਦਾ ਹੈ ਅੱਛੇ ਤਰੀਕੇ ਨਾਲ ਹੁੰਦਾ ਉਹ ਬਹੁਤ ਅੱਛੀ ਬਾਤ ਹੈ ਜੇ ਮੈਦਾਨ ਲੱਗਦਾ ਤੇ ਸ਼ੇਰ ਮੈਦਾਨਾਂ ਚ ਉਤਰਦੇ ਨੇ ਤੇ ਜਦੋਂ ਉਤਰਨਾ ਦੇ ਨਾ ਜੀ ਸਾਹਿਬ ਮੈਂ ਤੁਹਾਨੂੰ ਇੱਕ ਐਜ਼ ਏ ਭਾਈ ਹੋਣ ਦੇ ਨਾਤੇ ਐਜ਼ ਏ ਆਪਣੇ ਸਿਟੀਜ਼ਨ ਦਾ ਸਿਆਲਕੋਟ ਹੋਣ ਦੇ ਨਾਤੇ ਖੁਦਾ ਦਾ ਵਾਸਤਾ ਜੇ ਇੱਜ਼ਤ ਇਨਸਾਨ ਨੂੰ ਜਦੋਂ ਮਿਲਦੀ ਹੈ ਯਾਰਾਂ ਦੋਸਤਾਂ ਨੂੰ ਮਿਲਦੀ ਹੈ ਭਰਾਵਾਂ ਨਾਲ ਮਿਲਦੀ ਹੈ ਤੇ ਜ਼ਰੂਰੀ ਨਹੀਂ ਕਿ ਬੰਦੇ ਸਿਰ ਤੇ ਪੱਗ ਹੀ ਵਜੇ ਤੇ ਇੱਜ਼ਤ ਲੱਭਦੀ ਹੈ ਭਰਾਵਾਂ ਨਾਲ ਰਿਹਾ ਵੀ ਸਭ ਲੱਭਦੀ ਹੈ ਭਰਾਵਾਂ ਨਾਲ ਰੱਬ ਵੀ ਮੁਖਲਸ ਦੋਸਤ ਜੀ ਜੀ ਮੁਖਲਸ
मुखलस दोस्त दो चार भी हो नाजी साहब मेरे ख्याल के मुताबिक जिनी थोड़ी जिंदगी रह गई है या जिनी साड़ी है ना वो मर के उन्होंने भी पूछा जाता है। अल्लाह की जात तुहानू कामयाब करे। असी जनाब पूरी पार्टी जिस तरह अफजाल भाई ने किया मशावरत करांगे जो तुसी कर रहे हो जो कावश कर रहे हो जिस तरह तुहाडा एक करैक्टर अच्छा है साफ सुथरा है ये डिबेट करांगे पार्टी दे विच देखांगे जिहड़ा बंदा सूट करदा होएगा अगर तुसी सीनियर भी हो पुराने भी हो अच्छे भी हो पार्टी वास्ते फंड रेजिंग करदे हो पार्टी वास्ते हर चीज भी करदे हो अगर तुसी इस चीज के काबिल एहतराम हो गए तो इंशाल्लाह चॉइस करांगे। अगर कोई तुहाडे मुकाबले च आंदा वो हर एक दा हक जमहूरी हक है जिस तरह फलाल भाई ने किया मुकाबला करना है वोटिंग करना है हक भी बनता है फिर पता लगना कि धड़ा किस तरह का कि बंदा बैकबोन बनता है कि स्ट्रगल करता है कि इज्जत लैके चलता है। सी आई साहब जो फैसला पार्टी का होगा जो सारे भरा मुश्तरका राय होगी मेरा भी इंशाला फैसला।